ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜਿੰਦਰ ਸਿੰਘ ਹਰ ਰਾਏਪੁਰ ਤੇ ਜੀ ਆਇਆਂ ਨੂੰ ਆਖਦਾ ਜੀ ਆਪ ਜੀ ਦਾ ਦੂਸਰੇ ਬਲੌਗ ਦੇ ਵਿੱਚ। ਪਹਿਲਾ ਬਲੌਗ ਜਿਹੜਾ ਆਪਾਂ ਪਾਇਆ ਸੀ ਫੇਸਬੁੱਕ ਦੇ ਉੱਤੇ ਤੁਸੀਂ ਬਹੁਤ ਪਿਆਰ ਦਿੱਤਾ ਉਹਨੂੰ ਤੇ ਮੈਨੂੰ ਆਸ ਨਹੀਂ ਸੀਗੀ, ਪਰ ਅੱਜ ਦੂਸਰਾ ਬਲੌਗ ਹੈ, ਮੈਂ ਰੋਜ਼ ਨਹੀਂ ਅਪਲੋਡ ਕਰ ਸਕਦਾ। ਉਹਦਾ ਇੱਕ ਕਾਰਨ ਹੈ, ਕਿਉਂਕਿ ਉਹੀ ਚੀਜ਼ ਦਾ ਅਸੀਂ ਪਾਵਾਂਗੇ ਜਿਹੜੀ ਚੀਜ਼ ਤੁਹਾਡੇ ਵੀ ਕੰਮ ਆਵੇ ਜਾਂ ਕੋਈ ਜਿਹਦੇ 'ਚ ਵਧੀਆ ਸਾਨੂੰ ਸਿੱਖਿਆ ਮਿਲਦੀ ਹੋਵੇ। ਉਹ ਕਾਹਦੀਆਂ ਚੀਜ਼ਾਂ ਹੁੰਦੀਆਂ ਨੇ, ਹਮ ਉੱਠ ਗਏ ਹੈ, ਹਮ ਖਾਣਾ ਖਾਣੇ ਲੱਗੇ ਹੈ, ਹਮ ਨਹਾ ਕੇ ਆਏ ਹੈ, ਅਸੀਂ ਹੁਣ ਨਹਾ ਲਿਆ, ਅਸੀਂ ਹੁਣ ਐਂ ਕਰ ਲਿਆ, ਅਸੀਂ ਹੁਣ ਬਾਥਰੂਮ ਜਾਏ, ਅਸੀਂ ਹੁਣ ਚਾਹ ਪੀ ਲਈ। ਉਹ ਚੀਜ਼ਾਂ ਜਿਹੜੀਆਂ ਨਾ ਜੀ, ਮੈਂ ਇੱਕ ਬੇਨਤੀ ਕਰਦਾ, ਉਹ ਚੰਗੀਆਂ ਨਹੀਂ ਲੱਗਦੀਆਂ। ਜਿੰਨੇ ਬਲੌਗ ਬਣਾਉਣ ਵਾਲੇ ਵੀਰ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ, ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਆਪਣੇ ਪਰਿਵਾਰ ਦੀ ਜਾਂ ਆਪਣੇ ਘਰ ਦੀ ਕਦੇ ਵੀ ਲੋਕਾਂ ਦੇ ਵਿੱਚ ਪ੍ਰਦਰਸ਼ਨੀ ਨਹੀਂ ਕਰੀ ਦੀ ਹੁੰਦੀ। ਇੱਕ ਤੁਹਾਡੀ ਪਰਸਨਲ ਲਾਈਫ ਆ, ਉਹਨੂੰ ਆਪਣੀ ਲਾਈਫ ਨੂੰ ਸੰਭਾਲ ਕੇ ਰੱਖੋ। ਹਾਂ, ਜਿਹੜੀ ਚੀਜ਼ ਦਿਖਾਉਣ ਵਾਲੀ ਆ ਉਹ ਦਿਖਾਓ। ਤੋ ਸਾਡਾ ਮੰਤਵ ਇਹੀ ਹੋਊਗਾ ਵੀ ਅਸੀਂ ਤੁਹਾਨੂੰ ਜਦੋਂ ਵੀ ਵੀਡੀਓ ਪਾਈਏ ਕੁਛ ਨਾ ਕੁਛ ਵਧੀਆ ਦਿਖਾਈਏ। ਅੱਜ ਮੇਰੇ ਨਾਲ ਬਾਬਾ ਜਸਕਰਨ ਸਿੰਘ ਹੁਣੀ ਰੰਧਾਵਿਆਂ ਵਾਲੇ, ਉਹ ਮੇਰੇ ਨਾਲ ਹੋਣਗੇ ਅਤੇ ਅੱਜ ਅਸੀਂ ਜਾਣਾ ਹੈ ਜੀ। ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਚੰਗਾ ਹੀ ਮਿਲੂਗਾ, ਕੁਛ ਤੁਹਾਡੇ ਫਾਇਦੇ ਵਾਲਾ ਹੀ ਮਿਲੂਗਾ ਕੁਛ। ਇਸ ਕਰਕੇ ਵੀਡੀਓ ਦੇ ਨਾਲ ਜੁੜੇ ਰਹੋ ਅਤੇ ਨਾਲ ਨਾਲ ਦੇਖਦੇ ਰਹੋ। ਤੁਹਾਨੂੰ ਅੱਜ ਇੱਕ ਨਵੀਂ ਜਗ੍ਹਾ 'ਤੇ ਲੈ ਕੇ ਚੱਲਦੇ ਹਾਂ, ਆਓ ਸਾਡੇ ਨਾਲ ਤੁਸੀਂ ਵੀ ਸਫ਼ਰ ਦਾ ਆਨੰਦ ਮਾਣੋ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਹੋ ਸੁਣਾਓ, ਸਿਹਤ ਠੀਕ ਹੈ ਜੀ? ਬਹੁਤ ਚੜ੍ਹਦੀ ਕਲਾ ਮਹਾਰਾਜ। ਅੱਜ ਆਪਾਂ ਜਾ ਰਹੇ ਹਾਂ ਬਾਬਾ ਜਤਿੰਦਰ ਸਿੰਘ ਹੋਣਾ ਕੋ, ਪਿੱਪੜੀ ਸਾਹਿਬ ਵਾਲਿਆਂ ਕੋ। ਠੀਕ ਹੈ ਜੀ। ਇੱਕ ਤਾਂ ਉਹ ਦੇਸੀ ਦਵਾਈਆਂ ਆਯੁਰਵੇਦ ਦੇ ਹਿਸਾਬ ਨਾਲ ਬਣਾਉਂਦੇ ਆ, ਠੀਕ ਹੈ, ਹਰੇਕ ਤਰ੍ਹਾਂ ਦੀ, ਠੀਕ ਹੈ, ਤੇ ਦੂਜਾ ਕੀਰਤਨ ਦੇ ਵੀ ਧਨੀ ਨੇ, ਠੀਕ ਹੈ ਜੀ, ਤੇ ਤੀਜੀ ਗੱਲ ਵੀ ਜਿਹੜੇ ਅਸਥਾਨ ਤੇ ਉਹ ਰਹਿੰਦੇ ਆ, ਠੀਕ ਹੈ ਜੀ, ਉਹ ਛੇਵੇਂ ਪਾਤਸ਼ਾਹ ਦਾ ਅਸਥਾਨ ਹੈ ਗੁਰਦੁਆਰਾ ਪਿੱਪਲੀ ਸਾਹਿਬ, ਠੀਕ ਹੈ, ਲਵਲੀ ਯੂਨੀਵਰਸਿਟੀ ਦੇ ਬਿਲਕੁਲ ਸੈਂਟਰ ਵਿੱਚ ਆ ਗਿਆ ਜੀ ਉਹ, ਠੀਕ ਹੈ ਜੀ, ਤੇ ਅੱਜ ਆਪਾਂ ਫਿਰ ਨਾਲੇ ਉਹਨਾਂ ਦੇ ਦਰਸ਼ਨ ਦੀਦਾਰ ਕਰਾਂਗੇ ਜੀ, ਨਾਲੇ ਆਪਾਂ ਸੰਗਤ ਦੇ ਨਾਲ ਇਹ ਸਾਂਝ ਕਰਾਂਗੇ ਵੀ ਜਿਹੜਾ ਉਹ ਦਵਾਈਆਂ ਕਿੰਨੇ ਪ੍ਰਕਾਰ ਦੀਆਂ ਬਣਾਉਂਦੇ ਆ ਤੇ ਕੀ ਕੀ ਬਣਾਉਂਦੇ ਆ, ਕੀ ਜੜੀ ਬੂਟੀ ਦਿੰਦੇ ਆ। ਹਾਂ, ਕੀ ਕਹਿਣਾ ਚਾਹੋਗੇ? ਕੁਛ ਨੀ, ਜਾ ਕੇ ਦਰਸ਼ਨ ਮੇਲੇ ਕਰਦੇ ਆ, ਦਵਾਈ ਦਾ ਪੁੱਛਦੇ ਆ ਜੀ, ਸ਼ੂਗਰ ਦੀ ਦਵਾਈ ਦਾ ਪੁੱਛਾਂਗੇ, ਠੀਕ ਹੈ ਜੀ, ਜੋ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਹਾਂ, ਵੈਸੇ ਉਹਨਾਂ ਦੀ ਉਹ ਕਹਿੰਦੇ ਦਵਾਈ ਕਾਰਗਰ ਬਹੁਤ ਹੈ ਜੀ, ਠੀਕ ਹੈ, ਬਾਕੀ ਜਾ ਕੇ ਦੇਖਦੇ ਆ। ਹਾਂ, ਕੀ ਗੱਲਬਾਤ ਉੱਥੇ ਹੁੰਦੀ ਹੈ, ਨਾਲ ਸੰਗਤ ਨੂੰ ਐਡਰੈਸ ਦੇ ਦੇਵਾਂਗੇ ਨਾ। ਹਾਂਜੀ ਹਾਂਜੀ ਸੰਗਤ ਜੀ, ਇੱਕ ਇੱਕ ਸਾਡੀ ਇਸ ਵੀਡੀਓ ਦੇ ਉੱਤੇ ਨਾ ਫੇਸਬੁੱਕ ਤੇ ਤੁਸੀਂ ਜੇ ਦੇਖ ਰਹੇ ਤੇ ਮੈਂ ਉੱਪਰ ਲਿੰਕ ਪਾਇਆ ਹੋਇਆ ਸਾਡੇ ਚੈਨਲ ਦਾ ਯੂਟਿਊਬ ਦੇ ਉੱਤੇ, ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਉਹ ਚੈਨਲ ਦੇ ਉੱਤੇ ਇਦਾਂ ਦੀ ਕੋਈ ਜਾਣਕਾਰੀ, ਕੋਈ ਕਿਤੇ ਕਿਸੇ ਮਹਾਂਪੁਰਸ਼ਾਂ ਨਾਲ ਮਿਲਾਪ, ਕਦੇ ਕਿਤੇ ਗੁਰੂ ਘਰ ਦੇ ਦਰਸ਼ਨ ਜਾਂ ਕੋਈ ਕਿਤੇ ਉਦਾਂ ਕਿਤੇ ਘੁੰਮਣ ਫਿਰਨ ਗਿਆ ਚੰਗੀ ਚੀਜ਼ ਬਾਬਾ ਜੀ ਮਿਲੇ ਤੇ ਆਪਾਂ ਉਹ 'ਚ ਫਿਰ ਅਪਲੋਡ ਕਰ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ, ਹਾਂਜੀ, ਤੇ ਅੱਗੇ ਚੱਲ ਕੇ ਨਾਲ ਸੰਗਤ ਨੂੰ ਦਿਖਾਉਂਦੇ ਹਾਂ ਜੀ ਫਿਰ ਅਗਲਾ ਬਾਬਾ ਜੀ ਦਾ ਸਥਾਨ, ਨਾਲੇ ਕਿੱਥੋਂ ਦੀ ਜਾਣਾ ਇਹ ਵੀ ਨਾਲ ਨਾਲ ਦੱਸਦੇ ਜਾਵਾਂਗੇ ਤੁਹਾਨੂੰ। ਆਓ ਬਾਬਾ ਜੀ ਪੜ੍ਹੋ ਤਾਂ ਕੀ ਲਿਖਿਆ।
ਫੁੱਲਿਆ ਸਭ ਮੁਸਾਫਰ ਇੱਥੇ, ਕਿਸੇ ਨੇ ਟਿਕ ਕੇ ਬਹਿਣਾ, ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਵਾਹ ਜੀ ਵਾਹ, ਬੜੀ ਵਧੀਆ ਗੱਲ ਲਿਖੀ ਹੈ। ਇਹ ਚੀਜ਼ਾਂ ਦਾ ਜੇ ਕੋਈ ਅਸਰ ਕਰੇ ਤਾਂ ਫਿਰ ਕਿੱਡੀ ਵੱਡੀ ਗੱਲ ਹੈ ਜੀ ਇਹ। ਬਾਕੀ ਮਾੜੇ ਸਿਰਫ ਪੜ੍ਹਨ ਤੱਕ ਆਪਾਂ ਸੀਮਿਤ ਰਹਿ ਗਏ ਹਾਂ। ਹੁਣ ਇੱਕ ਤਾਂ ਉਹ ਵੀ ਆਪਣਾ ਜ਼ਿਕਰ ਆਉਂਦਾ ਨਾ, ਉਹ ਕਹਿੰਦੇ ਰੇਤਾ ਉੱਧਰ ਦੇਖ ਟੁਟਾਰੀਆਂ ਜਿੰਨਾ ਉੱਪਰ ਕੱਖ ਪਏ। ਹਾਂਜੀ, ਉਧਰੋਂ ਇੱਕ ਨਾ ਪਰਤਿਆ ਤੇ ਇਧਰੋਂ ਲੱਖ ਗਏ। ਬਿਲਕੁਲ ਜੀ ਬਿਲਕੁਲ, ਇਹ ਗੱਲਾਂ ਸਿਰਫ ਅੱਜ ਕੱਲ ਕੰਨ ਰਸਤਾ ਕਰ ਰਹੀਆਂ। ਮੈਨੂੰ ਲੱਗਦਾ ਇਹਨਾਂ ਨੇ ਵੀ ਆ ਬੱਸ 'ਚ ਜਾਂਦੇ ਕਰਕੇ ਮੁਸਾਫਰ ਕਹਿੰਦੇ ਹੁਣ ਕਰੇ ਸਾਨੂੰ ਲਿਖਿਆ ਹੈ ਨਾ। ਬਿਲਕੁਲ ਹੋ ਸਕਦਾ ਹੈ। ਮੁੱਲਿਆ ਸਭ ਮੁਸਾਫਰ ਇੱਥੇ ਜੀ, ਉਹ ਕਹਿੰਦੇ ਹੁਣ ਅਸੀਂ ਚੱਲੇ ਲੁਧਿਆਣੇ ਨੂੰ ਤਾਂ ਸਾਨੂੰ ਹੀ ਕਿਹਾ ਹੈ। ਹਾਂਜੀ ਹਾਂਜੀ ਹਾਂ, ਗੱਲ ਕੋਈ ਕੰਨ ਰਸ ਹੀ ਆ। ਬਿਲਕੁਲ ਸਹੀ ਗੱਲ ਆ, ਫੂਡ ਵੀ ਜੀਭ ਦਾ ਰਸ ਬਣ ਗਿਆ। ਬਿਲਕੁਲ, ਖਾਣਾ ਵੀ, ਹਾਂਜੀ, ਸੁਣਨਾ ਵੀ ਕੰਨਾਂ ਦਾ ਰਸ ਬਣ ਗਿਆ। ਅਸਰ ਇਸੇ ਕਰਕੇ ਦੋਨਾਂ ਚੀਜ਼ਾਂ ਦਾ ਨੀ। ਹਾਂਜੀ ਹਾਂਜੀ ਹਾਂ, ਸੰਤ ਹਰਦੇਵ ਸਿੰਘ ਜੀ ਕਿਹਾ ਕਰਦੇ ਸੀ ਜੀ, ਉਹ ਕਹਿੰਦੇ ਖਾਓ ਉਹ ਜਿਹੜਾ ਖੂਨ ਬਣਾਵੇ। ਹਾਂਜੀ ਹੈ ਜੀ, ਹਾਂਜੀ, ਐਸੀ ਚੀਜ਼ ਐਸਾ ਭੋਜਨ ਖਾਣਾ ਚਾਹੀਦਾ। ਬਿਲਕੁਲ, ਤੇ ਗੱਲ ਉਹ ਕਥਾ ਕੀਰਤਨ ਸੁਣੋ ਜਿਹੜੀ ਹਿਰਦੇ ਤੱਕ ਤੁਹਾਡੇ ਅਸਰ ਕਰੇ। ਮਹਾਰਾਜ ਹਰ ਇੱਕ ਚੀਜ਼ ਦੀ ਤਸੀਰ ਬਣਦੀ ਹੈ। ਬਿਲਕੁਲ ਬਿਲਕੁਲ, ਭੋਜਨ ਦੀ ਵੀ ਬਣਦੀ ਹੈ, ਦੇਖਣ ਦੀ ਵੀ ਬਣਦੀ ਹੈ, ਸੁਣਨ ਦੀ ਵੀ ਬਣਦੀ ਹੈ। ਬਿਲਕੁਲ ਜੀ, ਬੋਲਣ ਦੀ ਵੀ ਬਣਦੀ ਹੈ, ਗੱਲ ਤਾਂ ਮੰਨਣ ਦੀ ਹੈ, ਮੰਨਣ ਦੀ ਹੈ। ਹਾਂਜੀ, ਚਲੋ ਸੰਗਤ ਨੂੰ ਅੱਜ ਆਪਾਂ ਇੱਕ ਚੰਗੀ ਚੀਜ਼ ਉੱਥੇ ਦਿਖਾ ਦੇਵਾਂਗੇ ਜੀ, ਕਿਸੇ ਗਰੀਬ ਦਾ ਭਲਾ ਹੋ ਜਾਂਦਾ ਜੀ। ਬਿਲਕੁਲ ਜੀ ਬਿਲਕੁਲ, ਹੈ ਨਾ ਜੀ, ਦੁਨੀਆ ਪਰੇ ਤੋਂ ਪਰੇ ਦੁਖੀ ਹੈ। ਬਿਲਕੁਲ ਜੀ ਬਿਲਕੁਲ, ਜੇ ਕਿਤੇ ਰੱਬ ਨੂੰ ਵੀ ਪੌੜੀ ਲੱਗਦੀ ਹੁੰਦੀ ਨਾ, ਤੇ ਲੋਕਾਂ ਨੇ ਉਹ ਵੀ ਚੜ ਜਾਣੀ ਸੀ ਅੱਜ ਜਿੰਨੀ ਦੁਨੀਆ ਦੁਖੀ। ਸਹੀ ਗੱਲ ਹੈ, ਔਖੇ ਹੋ ਕੇ ਵੀ ਚੜ ਜਾਣਾ ਸੀਗਾ ਜੀ। ਕਰਦੇ ਹਾਂ ਜੀ ਫਿਰ ਚੱਲ ਕੇ ਦਰਸ਼ਨ, ਨਾਲੇ ਨਾਲ ਨਾਲ ਰਾਹ ਦਿਖਾ ਦੇਂਗੇ ਜੀ। ਜਲੰਧਰ ਤੋਂ ਜਿਹੜਾ ਫਗਵਾੜਾ ਲੁਧਿਆਣਾ ਮੇਨ ਹਾਈਵੇ ਦਿੱਲੀ ਵਾਲਾ ਜਾਂਦਾ ਉਹ ਆ, ਜਲੰਧਰ ਤੋਂ ਤੁਸੀਂ ਲਵਲੀ ਯੂਨੀਵਰਸਿਟੀ ਕੋਲੋਂ ਜਾ ਕੇ ਟਰਨ ਹੋਣਾ, ਫਗਵਾੜਿਓ ਆਓ ਤਾਂ ਵੀ ਲਵਲੀ ਯੂਨੀਵਰਸਿਟੀ ਕੋਲੋਂ, ਉਹ ਮੈਂ ਤੁਹਾਨੂੰ ਦਿਖਾ ਦਿੰਦਾ ਅੱਗੇ ਚੱਲ ਕੇ। ਆ ਜੀ ਚਿਹੇੜੂ ਪੁਲ ਆ ਬਾਬਾ ਜੀ। ਹਾਂਜੀ, ਚਿਹੇੜੂ ਵਾਲਾ ਪੁਲ ਕਹਿੰਦੇ ਇਹਨੂੰ। ਬਿਲਕੁਲ, ਇੱਥੇ ਨਾ ਲੋਕ ਮੱਥਾ ਟੇਕ ਕੇ ਲੰਘਦੇ ਆ, ਜਦਕਿ ਜਦੋਂ ਤੁਸੀਂ ਇਤਿਹਾਸ ਨੂੰ ਫੋਲੋ ਨਾ, ਇਤਿਹਾਸ ਦੇ ਵਿੱਚ ਇਹ ਆਉਂਦਾ ਬਈ ਗੁਰੂ ਨਾਨਕ ਮਹਾਰਾਜ ਜੀ ਦੇ ਸੇਵਾਦਾਰ ਹੋਏ ਭਾਈ ਭਗਤੂ ਜੀ, ਜਿਹਨਾਂ ਦਾ ਪਿੰਡ ਸੀ ਮੂਰਾਂ ਵਾਲੀ। ਠੀਕ ਹੈ, ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦੀ ਪ੍ਰਚਾਰ ਦੀ ਡਿਊਟੀ ਲਾਈ ਹੋਈ ਸੀ। ਠੀਕ ਹੈ ਜੀ, ਇੱਕ ਵਾਰੀ ਮਹਾਰਾਜ ਨੇ ਉਹਨਾਂ ਨੂੰ ਕਰਤਾਰਪੁਰ ਬੁਲਾਇਆ ਵੀ ਆਓ। ਠੀਕ ਹੈ, ਤੇ ਆਹ ਜਿਹੜੀ ਚਿਹੇੜੂ ਵਾਲੀ ਬਈ ਆ ਨਾ, ਇਹਦੇ ਚ ਕਹਿੰਦੇ ਹੜ ਬਹੁਤ ਆਉਂਦਾ ਹੁੰਦਾ ਸੀ ਜੀ। ਹੜ ਬਹੁਤ ਆਇਆ ਸੀ ਤਾਂ ਬਾਬਾ ਭਗਤੂ ਜੀ ਨੇ ਕਿਹਾ ਵੀ ਜਿਹੜਾ ਮਲਾਹ ਸੀ ਇੱਥੇ ਵੀ ਮੈਨੂੰ ਪਾਰ ਦੂਏ ਪਾਸੇ ਲੈ ਚੱਲ। ਹਾਂਜੀ, ਉਹ ਕਹਿੰਦਾ ਬਾਬਾ ਵੀ ਮੇਰੇ ਨਿੱਕੇ ਨਿੱਕੇ ਨਿਆਣੇ ਆ ਘਰ ਚ, ਵੀ ਹੜ ਤੇਜ਼ ਆ, ਵੀ ਇਹ ਪਤਾ ਨੀ 2 ਦਿਨ ਚ ਠੰਡਾ ਹੋਣਾ ਕਿ 3 ਦਿਨ ਚ, ਵੀ ਮੈਂ ਨੀ ਬੇੜੀ ਚਲਾਉਣੀ ਹਨਾ। ਭਾਈ ਭਗਤੂ ਜੀ ਕਹਿੰਦੇ ਵੀ ਨਹੀਂ, ਗੁਰੂ ਨਾਨਕ ਮਹਾਰਾਜ ਮੈਨੂੰ ਆਪਣੇ ਗੁਰੂ ਤੇ ਭਰੋਸਾ ਬਾਲ ਨੀ ਪਿੰਗਾ ਹੁੰਦਾ। ਉਹ ਕਹਿੰਦਾ ਫਿਰ ਜੇ ਤੈਨੂੰ ਗੁਰੂ ਤੇ ਇੰਨਾ ਭਰੋਸਾ ਤੁਰ ਕੇ ਲੰਘ ਜਾ। ਭਾਈ ਭਗਤੂ ਜੀ ਇੱਥੋਂ ਫਿਰ ਲੰਘੇ ਪੈਦਲ ਬਈ ਦੇ ਵਿੱਚ ਦੀ, ਤੇ ਨਾਲ ਜਾਣ ਲੱਗੇ ਬਚਨ ਕਰ ਗਿਆ ਸੀ, ਕਹਿੰਦੇ ਫਿਰ ਚੰਗਾ ਹੁਣ ਤੇਰੀ ਬੇੜੀ ਵੀ ਨੀ ਬਹੁਤਾ ਚਿਰ ਚੱਲਣੀ। ਠੀਕ ਹੈ ਜੀ, ਇੱਥੇ ਛੇਤੀ ਪੁਲ ਬੱਜ ਜਾਣਾ। ਹਾਂਜੀ, ਸ਼ੇਰ ਸ਼ਾਹ ਸੂਰੀ ਨੇ ਪਹਿਲਾ ਪੁਲ ਬਣਾਇਆ ਸੀ ਜੀ ਇੱਥੇ। ਠੀਕ ਹੈ ਜੀ, ਉਹਦੀ ਰਾਣੀ ਨੇ ਦਿੱਲੀਓਂ ਪਠਾਨਕੋਟ ਜਾਣਾ ਸੀ। ਠੀਕ ਹੈ, ਹੁਣ ਸਰਵੇ ਕਰਾਇਆ ਤਾਂ ਫਿਰ ਇੱਥੇ ਜੋ ਦੱਸਿਆ ਵੀ ਉਹ ਪੈਂਦਾ ਚੋਰਾ ਚ। ਹਾਂਜੀ, ਫਿਰ ਇੱਥੇ ਉਹਨਾਂ ਨੇ ਪੁਲ ਬਣਵਾਇਆ ਵੀ ਰਾਣੀ ਬਾਅਦ ਚ ਜਾਊ, ਪਹਿਲਾਂ ਪੁਲ ਬਣੋ। ਠੀਕ ਹੈ, ਚਿਹੇੜੂ ਬਈ ਦਾ ਪਹਿਲਾ ਪੁਲ ਸ਼ੇਰ ਸ਼ਾਹ ਸੂਰੀ ਰਾਜੇ ਨੇ ਬਣਾਇਆ, ਬਚਨ ਬਾਬਾ ਭਗਤੂ ਜੀ ਦਾ ਕੀਤਾ। ਠੀਕ ਹੈ ਜੀ, ਇਹ ਇੱਥੋਂ ਦਾ ਇਤਿਹਾਸ ਹੈ ਜੀ।
ਲਓ ਜੀ, ਆਪਾਂ ਲਵਲੀ ਯੂਨੀਵਰਸਿਟੀ ਕੋਲ ਆ ਗਏ, ਇੱਥੋਂ ਮੈਂ ਤੁਹਾਨੂੰ ਰਾਹ ਦੱਸਦਾ ਜੀ। ਮਹਿਡੂ ਵੱਲੋਂ, ਹਾਂਜੀ, ਥੋੜ੍ਹਾ ਜਿਹਾ ਲਵਲੀ ਯੂਨੀਵਰਸਿਟੀ ਦੇ ਕੋਲ ਦੀ ਹੋ ਗਏ ਨਾ ਬਾਬਾ ਜੀ, ਜੀ ਥੋੜ੍ਹਾ ਜਿਹਾ ਰੋਂਗ ਸਾਈਡ ਆ ਕੇ ਪਈ ਦਾ ਥੱਲੇ ਨੂੰ ਉਤਰਦਾ ਇਹ ਰੋਡ ਜਾਂਦਾ ਪਿੱਛੇ ਅਰਦਾਸਪੁਰ ਪਿੰਡ ਨੂੰ, ਠੀਕ ਹੈ ਗਾਹਾਂ ਨਰੰਗਪੁਰ ਪਿੰਡ ਆ ਜਾਂਦਾ, ਠੀਕ ਹੈ ਜੀ। ਤੇ ਇਸ ਰੋਡ ਥਾਣੀ ਆਪਾਂ ਜਾਣਾ ਕਿਉਂਕਿ ਗੁਰੂ ਘਰ ਹੈ ਤਾਂ ਲਵਲੀ ਯੂਨੀਵਰਸਿਟੀ ਦੇ ਸੈਂਟਰ 'ਚ, ਜੀ, ਪਰ ਉਹ ਜਿਹੜਾ ਰਸਤਾ ਨਾ ਉਹ ਪਿੱਛਿਓਂ ਦੀ ਆ, ਹਰਦਾਸਪੁਰ ਪਿੰਡ ਵੱਲ ਦੀ, ਠੀਕ ਹੈ, ਇੱਥੋਂ ਅੱਗੇ ਫਰੰਟ ਤੋਂ ਨਹੀਂ ਰਸਤਾ ਹੈਗਾ। ਠੀਕ ਹੈ, ਤੇ ਜੇ ਕਿਸੇ ਸੰਗਤ ਨੇ ਵੀ ਆਉਣਾ ਹੋਵੇ ਤੇ ਜ਼ਰੂਰ ਇਸ ਗੱਲ ਦਾ ਖਿਆਲ ਰੱਖੇ ਵੀ ਅਰਦਾਸਪੁਰ ਪਿੰਡ ਦੇ ਵਿੱਚ ਦੀ ਰਸਤਾ ਗੁਰਦੁਆਰਾ ਪਿਪਲੀ ਸਾਹਿਬ ਨੂੰ ਜਾਂਦਾ, ਵੀ ਜੇ ਕਿਸੇ ਨੇ ਦਵਾਈ ਲੈਣ ਆਉਣਾ ਹੋਵੇ ਤੇ ਕੁਛ ਵੀ ਹੋਵੇ ਇੱਥੋਂ ਦੀ ਆ ਸਕਦੇ। ਹਾਂਜੀ ਹਾਂ, ਅਰਦਾਸਪੁਰ ਪਿੰਡ ਆ ਗਿਆ ਜੀ। ਇੱਥੋਂ ਜਦੋਂ ਪਿੰਡ 'ਚ ਐਂਟਰ ਕਰਨਾ, ਇੱਥੋਂ ਸੱਜੇ ਹੱਥ ਜਾਣਾ ਆਪਾਂ, ਫਿਰ ਨਹੀਂ ਘੁੰਮ ਜਾਣਾ। ਹਾਂਜੀ, ਮੇਨ ਪਿੰਡ ਦਾ ਹੀ ਰੋਡ ਆ। ਠੀਕ ਹੈ ਜੀ, ਇੱਥੋਂ ਸੱਜੇ ਹੱਥ ਹੋ ਕੇ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆਉਣਾ, ਇਹਦੇ ਵੀ ਕੋਲ ਦੀ ਆਪਾਂ ਲੰਘ ਜਾਣਾ, ਜਿੱਦਾਂ ਇਹੀ ਰੋਡ ਸਿੱਧਾ ਸਿੱਧਾ ਜਾਣਾ। ਠੀਕ ਹੈ, ਸਪੀਡ ਬ੍ਰੇਕਰ ਆਪਣੇ ਆਪਣੇ ਬਣਾਏ ਲੱਗਦੇ ਸਾਰੇ, ਉਹ ਜਿੱਧਰੋਂ ਟਰੱਕ ਆਉਂਦਾ ਨਾ ਉਹਨੂੰ ਜਾਣਾ। ਜਦੋਂ ਹਰਦਾਸਪੁਰ ਤੋਂ ਤੁਸੀਂ ਮਹਿਡੂ ਵਾਲਾ ਰੋਡ ਜਾਣਾ ਨਾ ਸਾਧ ਸੰਗਤ, ਇੱਥੇ ਆ ਲਵਲੀ ਦੀ ਆ ਬਿਲਡਿੰਗ ਸਾਰੀ, ਤਾਂ ਇੱਥੇ ਇੱਕ ਬੋਰਡ ਲੱਗਾ ਹੋਣਾ ਸ਼੍ਰੀ ਪਿਪਲੀ ਸਾਹਿਬ, ਆਹ ਬੋਰਡ ਆ ਦਸਾਂ ਪਾਤਸ਼ਾਹੀਆਂ ਦਾ ਇਤਿਹਾਸਕ ਗੁਰਦੁਆਰਾ ਪਿੰਡ ਹਰਦਾਸਪੁਰ, ਇਹਦੇ ਨਾਲ ਦੀ ਆ ਗਲੀ ਮੁੜਦੀ ਹੈ ਜੀ ਇੱਧਰ ਨੂੰ, ਦੋਨੇ ਪਾਸੇ ਲਵਲੀ ਦੀ ਬਿਲਡਿੰਗ ਆ, ਵਿਚਾਲੇ ਦੀ ਫਿਰ ਗੱਡੀ ਜਾਂਦੀ ਆ, ਉਹੀ ਰਸਤਾ ਸਿੱਧਾ ਸਿੱਧਾ ਆ ਕੇ ਅੱਗੇ ਫਿਰ ਸੱਜੇ ਹੱਥ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ, ਗੁਰਦੁਆਰਾ ਪਿੱਪਲੀ ਸਾਹਿਬ। ਇਹ ਹੈ ਜੀ ਗੁਰਦੁਆਰਾ ਪਿੱਪਲੀ ਸਾਹਿਬ, ਜਿਹੜੇ ਸਥਾਨ ਤੇ ਆਪਾਂ ਆਏ, ਬਾਬਾ ਜੀ ਦਵਾਈਆਂ ਦਿੰਦੇ ਇੱਥੇ, ਉਹਨੇ ਤੁਹਾਨੂੰ ਦਰਸ਼ਨ ਕਰਾਉਣੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸੰਗਤ ਜੀ ਅਸੀਂ ਤੁਹਾਨੂੰ ਦੱਸਿਆ ਸੀ, ਅਸੀਂ ਬਾਬਾ ਜਤਿੰਦਰ ਸਿੰਘ ਜੀ ਪਿੱਪਲੀ ਸਾਹਿਬ ਵਾਲੇ ਪਿੰਡ ਹਰਦਾਸਪੁਰ, ਜਿਹੜੇ ਵੈਦਗੀ ਦਾ ਕੰਮ ਕਰਦੇ ਨੇ, ਨਾਲ ਨਾਲ ਕੀਰਤਨ ਦੀ ਹਾਜ਼ਰੀ ਸੰਗਤਾਂ 'ਚ ਭਰਦੇ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅੱਜ ਅਸੀਂ ਤੁਹਾਡੇ ਕੋਲ ਇਸੇ ਕਰਕੇ ਹੀ ਆਏ ਸੀ, ਇੱਕ ਤਾਂ ਅਸੀਂ ਬਲੌਗ ਦੇ ਵਿੱਚ ਲੈ ਲਿਆ ਤੁਹਾਨੂੰ ਨਾਲ, ਠੀਕ ਹੈ ਜੀ, ਇੱਕ ਅਸੀਂ ਥੋੜ੍ਹਾ ਇਹ ਚਾਹੁੰਦੇ ਸੀ ਵੀ ਜਿੱਦਾਂ ਅੱਜ ਕੱਲ੍ਹ ਤਕਰੀਬਨ ਜਿੰਨਾ ਵੀ ਆਪਾਂ ਕੀਰਤਨਾਂ ਦੇ ਵਿੱਚ ਵਿਚਰਦੇ ਹਾਂ ਜੀ, ਹਾਂਜੀ, ਬਹੁਤੀਆਂ ਸੰਗਤਾਂ ਆਮ ਕਰਕੇ ਸ਼ੂਗਰ ਵਰਗੀ ਬਿਮਾਰੀ ਜੀ, ਆਮ ਜਿਹੜੀਆਂ ਰੋਜ਼ਾਨਾ ਦੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ, ਹਾਂਜੀ ਹਾਂਜੀ, ਦੂਜਾ ਕਬਜ਼ ਦਾ ਹੋ ਗਿਆ ਜੀ, ਪੇਟ ਦਾ ਹੋ ਗਿਆ ਜੀ, ਹਨਾ ਜੀ, ਬਿਲਕੁਲ ਜੀ, ਖੰਘ ਰੇਸ਼ਾ ਦਾ ਹੋ ਗਿਆ, ਇਹਦੇ ਬਾਰੇ ਤੁਹਾਡੇ ਕੋਲ ਜਿਹੜੀ ਦਵਾਈ ਮੇਨ ਜਿਹੜੀ ਜ਼ਿਆਦਾ ਕਾਰਗਰ ਆ, ਕਿਹੜੀਆਂ ਕਿਹੜੀਆਂ ਦਵਾਈਆਂ ਦਾ ਇਲਾਜ ਹੈਗਾ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਹਰਗੋਬਿੰਦ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੂਗਰ ਦਾ ਸਾਡੇ ਕੋਲ ਬਹੁਤ ਰਾਮਬਾਣ ਇਲਾਜ ਆ ਜੀ। ਕਿਸੇ ਨੂੰ ਸਰਾਇਸਿਸ ਹੋ ਗਈ ਹੋਵੇ, ਚੰਬਲ ਹੋ ਗਈ ਹੋਵੇ ਜੀ, ਦਦਰੀ ਹੋ ਗਈ ਹੋਵੇ, ਉਹਦਾ ਬਹੁਤ ਖਾਸ ਤੇ ਸਟੀਕ ਇਲਾਜ ਕੀਤਾ ਜਾਂਦਾ। ਠੀਕ ਹੈ ਜੀ। ਅੱਜ ਅਜੋਕੇ ਸਮੇਂ 'ਚ ਜਦੋਂ ਦੇ ਆ ਕਰੋਨਾ ਕਾਲ ਦੇ ਟੀਕੇ ਲੱਗੇ ਆ, ਹਾਂਜੀ, ਜਿਨ੍ਹਾਂ ਜੋੜਿਆਂ ਨੂੰ ਪ੍ਰੈਗਨੈਂਸੀ ਦੇ ਵਿੱਚ ਜਾਂ ਬੱਚੇ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਹਾਂਜੀ, ਉਹਨਾਂ ਦਾ ਇਲਾਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਟੀਕ ਇਲਾਜ ਇੱਥੇ ਉਹ ਵੀ ਹੁੰਦਾ। ਠੀਕ ਹੈ ਜੀ। ਫਿਰ
ਅੱਜ ਕੱਲ ਲੀਵਰ ਦੀ ਪ੍ਰੋਬਲਮ ਬਹੁਤ ਆ, ਕਈਆਂ ਨੂੰ ਡਾਇਜੈਸਟ ਨਹੀਂ ਹੁੰਦਾ ਕੁਛ ਵੀ ਜੀ, ਉਹਦਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਇਲਾਜ ਢੰਗ ਨਾਲ ਕੀਤਾ ਜਾਂਦਾ। ਫਿਰ ਸੌਲੀਆਂ ਕਿਸੇ ਦੇ ਹੋ ਜਾਂਦੀਆਂ, ਕਿਸੇ ਤਰ੍ਹਾਂ ਦੀ ਵੀ ਸਰੀਰ ਦੇ ਵਿੱਚ ਗੱਠਾਂ ਹੋ ਜਾਂਦੀਆਂ ਜੀ, ਤਕਰੀਬਨ ਕੈਂਸਰ ਤੱਕ ਜਿਹੜਾ ਸਾਡੇ ਕੋਲ ਦਵਾਈ ਜਿਹੜੀ ਉਹ ਮਿਲ ਜਾਂਦੀ ਹੈ। ਠੀਕ ਹੈ ਜੀ, ਹਾਂਜੀ ਬਾਬਾ ਜੀ। ਜ਼ਿਆਦਾ ਜਿਹੜੀ ਸ਼ੂਗਰ ਦੀ ਦਵਾਈ ਬਾਹਰ ਬਾਹਰਲੇ ਦੇਸ਼ਾਂ 'ਚ ਵੀ ਜਾਂਦੀਆਂ ਦਵਾਈਆਂ? ਹਾਂਜੀ, ਬਾਹਰ ਵੀ ਜਾਂਦੀ ਜੀ, ਵਿਦੇਸ਼ਾਂ ਦੇ ਵਿੱਚ ਵੀ ਜੀ। ਔਰ ਦੇਖੋ ਮੈਂ ਕਿਸੇ ਦਾ ਨਹੀਂ ਕਹਿ ਸਕਦਾ ਜੀ, ਮੈਂ ਤਕਰੀਬਨ ਜਿਹੜੀ ਸ਼ੂਗਰ ਦੀ ਦਵਾਈ ਕਰਦਾ ਤਕਰੀਬਨ 57 ਤੋਂ 58 ਚੀਜ਼ਾਂ ਪਾਉਂਦਾ। ਅੱਛਾ ਜੀ, ਜਿਹਦੇ ਵਿੱਚ ਸ਼ੁੱਧ ਭਸਮਾਂ ਅਤੇ ਪਲੱਸ ਸੋਨੇ ਦੀ ਭਸਮ ਪਾ ਕੇ ਉਹ ਅਸੀਂ ਤਿਆਰ ਕਰੀ ਦੀ ਦਵਾਈ, ਤੇ ਇਸ ਕਰਕੇ ਥੋੜੀ ਕੋਸਟ ਉਹਦੀ ਹੁੰਦੀ ਆ ਜੀ। ਤੇ ਪਰ ਵਾਹਿਗੁਰੂ ਦੀ ਬੜੀ ਕਿਰਪਾ ਆ ਵੀ ਜਿੱਥੇ ਤੱਕ ਵੀ ਅਸੀਂ ਦਵਾਈ ਦੇਈਦੀ ਆ ਉਹਨਾਂ ਨੂੰ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਆ। ਜਿਹੜੇ 650 ਸ਼ੂਗਰ ਵਾਲੇ ਲੋਕ ਸੀਗੇ ਉਹਨਾਂ ਦੀ ਹੁਣ ਰੋਟੀ ਖਾਣ ਤੋਂ ਪਹਿਲਾਂ ਚਲੋ ਚੈੱਕ ਕਰਦੇ ਆ, ਕਿਸੇ ਦੀ 90 ਹੁੰਦੀ ਆ ਜੀ, ਕਿਸੇ ਦੀ 100, ਰੋਟੀ ਖਾ ਕੇ 110-112। ਮਿਲਦੇ ਫਿਰ ਇੱਥੇ ਕਦੋਂ ਨੂੰ ਆ ਜੀ? ਤਕਰੀਬਨ ਇੱਥੇ ਹੀ ਹੋਈਦਾ, ਜੇ ਪ੍ਰੋਗਰਾਮ ਨਾ ਹੋਵੇ ਤਾਂ ਬਾਕੀ ਤਾਂ ਇੱਥੇ ਹੀ ਰਹੀਦਾ। ਬਾਕੀ ਨੰਬਰ ਬੋਲ ਦਿਓ ਵਿੱਚ ਆਪਣਾ। ਹਾਂਜੀ, ਨੰਬਰ ਮੇਰਾ ਨੋਟ ਕਰ ਲਓ ਜੀ, 98-767-10-788 ਜੀ, 10-788-788। ਹਾਂਜੀ, ਤੋ ਅਸੀਂ ਅੱਜ, ਮੇਰਾ ਬਹੁਤ ਭਰਾਵਾਂ ਵਾਲਾ ਪ੍ਰੇਮ ਆ ਬਾਬਾ ਜੀ ਦੇ ਨਾਲ, ਅਸੀਂ ਚਾਹੁੰਦੇ ਸੀ ਵੀ ਅੱਜ ਸੰਗਤ ਨੂੰ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਜ਼ਰੂਰ ਇਹ ਦੱਸੀਏ। ਹਾਂ ਬਾਬਾ ਜੀ, ਸ਼ੂਗਰ ਦੀ ਦਵਾਈ ਦੇ ਰਿਜ਼ਲਟ ਜਿਹੜੇ ਆ ਸੰਗਤਾਂ ਦਾ ਰਿਵਿਊ ਆਇਆ ਕਦੇ? ਹਾਂਜੀ ਹਾਂਜੀ, ਬਹੁਤ ਸਾਰੇ ਮੈਂ ਪਾਏ ਵੀ ਤਕਰੀਬਨ ਫੇਸਬੁੱਕ ਤੇ ਪਾਏ ਆ। ਠੀਕ ਹੈ ਜੀ, ਹੁਣ ਕੁਛ ਜਿਹੜੇ ਨਿਊਜ਼ੀਲੈਂਡ ਤੋਂ ਸੱਜਣ ਸੀਗੇ ਜੀ, ਟਾਟਾ ਨਗਰ ਜਾਂਦੀ ਮੇਰੀ ਦਵਾਈ, ਇੱਥੇ ਹੁਸ਼ਿਆਰਪੁਰ ਇਲਾਕੇ 'ਚ ਬਹੁਤ ਜਾਂਦੀ ਦਵਾਈ ਜੀ ਜੀ ਜੀ, ਤੇ ਉਹ ਸਾਰਿਆਂ ਦਾ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਜਿਹੜੀ ਸ਼ੂਗਰ ਦਾ ਲੈਵਲ ਕਿਸੇ ਦਾ 350 ਸੀ, ਕਿਸੇ ਦਾ 400 ਸੀ, ਕੋਈ ਕਹਿੰਦਾ ਜੀ ਮੈਂ 20 ਸਾਲ ਤੋਂ ਪ੍ਰੋਬਲਮ 'ਚ ਸੀਗਾ ਜੀ, ਉਹਨਾਂ ਦਾ ਸਾਰਿਆਂ ਦਾ ਲੈਵਲ ਰੋਟੀ ਖਾ ਕੇ 120 ਤੱਕ ਆ ਗਿਆ। ਤੇ ਚਮੜੀ ਦੇ ਰੋਗ ਜਿੱਦਾਂ ਹੋ? ਹਾਂਜੀ, ਉਹ ਵੀ ਬਿਲਕੁਲ, ਉਹਦਾ ਵੀ ਰਿਜ਼ਲਟ ਬਹੁਤ ਅੱਛਾ ਆਇਆ ਜੀ। ਠੀਕ ਹੈ ਜੀ, ਠੀਕ ਹੈ, ਤੇ ਠੀਕ ਹੈ ਬਾਬਾ ਜੀ, ਫਿਰ ਨੰਬਰ ਮੈਂ ਵੀ ਉੱਪਰ ਪਾ ਦੂੰਗਾ ਜੀ। ਠੀਕ ਹੈ ਜੀ, ਧੰਨਵਾਦ। ਤੇ ਜਿੰਨੀ ਵੀ ਸੰਗਤ ਨੂੰ ਲੋੜ ਹੋਈ ਬਾਬਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਦਰਸ਼ਨ ਦਿਦਾਰ ਦਿੱਤੇ ਮਹਾਰਾਜ ਜੀ। ਚਲੋ ਬਾਬਾ ਜੀ, ਇੱਦਾਂ ਹੀ ਹੁੰਦਾ ਭਰਾਵਾਂ ਦਾ ਪ੍ਰੇਮ। ਤੋ ਸੰਗਤ ਨੂੰ ਬੇਨਤੀ ਹੈ ਜੇ ਕੋਈ ਜਾਵੇ ਕਿਸੇ ਵੀ ਤਰ੍ਹਾਂ ਦੀ ਦਵਾਈ, ਉਹ ਬਾਬਾ ਜੀ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਉਹ ਆਪਣਾ ਪੁੱਛ ਸਕਦਾ ਆ, ਉਹਨਾਂ ਨਾਲ ਟਾਈਮ ਲੈ ਕੇ ਫਿਰ ਮਿਲਣ ਨੂੰ ਤੁਸੀਂ ਆ ਸਕਦੇ। ਬਾਬਾ ਜੀ ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।